ਇੱਥੋਂ ਕਰੀਏ ਭਾਅ ਜੀ ਰੋਲ। ਸਰ ਕੱਲ੍ਹ ਹਾਕੀ ਦਾ ਮੈਚ ਸੀ, ਤੁਸੀਂ ਦੇਖਿਆ ਹੋਣਾ, ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ ਜਾਂ ਕੀ, ਕਿਸ ਤਰ੍ਹਾਂ ਦੇਖ? ਨਹੀਂ ਦੇਖੋ, ਜੇ ਗੇਮ ਦੀ ਗੱਲ ਕਰਾਂ ਤਾਂ ਦੇਖੋ ਜਰਮਨ ਜਿਹੜੀ ਆ, ਜਰਮਨ ਕੋਈ ਮਾੜੀ ਟੀਮ ਨਹੀਂ ਹੈ। ਜੋ ਉਹਨਾਂ ਦਾ ਪਲੇ ਆਫ ਸਟਾਈਲ ਹੈ, ਮੈਂ ਪਹਿਲਾਂ ਵੀ ਉਹਨਾਂ ਨੂੰ ਇਹੀ ਆਸ ਕਰਦਾ ਸੀ, ਲੇਕਿਨ ਅਪਰਚੁਨਿਟੀ ਦੀ ਗੱਲ ਹੈ ਕਿਉਂਕਿ ਸਾਡਾ ਪਨਾਲਟੀ ਕਾਰਨਰ ਇਸ ਮੈਚ ਤੋਂ ਪਹਿਲਾਂ ਵੀ ਵਰਲਡ ਕਲਾਸ ਸੀਗਾ, ਲੇਕਿਨ ਇਹਦੇ ਵਿੱਚ ਵੀ ਸਾਡੇ ਦੋ ਗੋਲ ਜਿਹੜੇ ਆ, ਇੱਕ ਡਾਇਰੈਕਟਲੀ ਔਰ ਇੱਕ ਇਨਡਾਇਰੈਕਟਲੀ ਹੋਇਆ ਹੈਗਾ। ਸੋ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਲੱਕ ਵੀ ਤੁਹਾਡਾ ਰੋਲ ਪਲੇ ਕਰਦੀ ਹੈਗੀ ਆ, ਔਰ ਸਾਡੇ ਬੱਚੇ ਵੀ ਜਿਹੜੇ ਸਾਡੇ ਪਲੇਅਰਸ ਵੀ ਹੈਗੇ ਆ, ਉਹ ਬੜੇ ਵਧੀਆ ਖੇਡੇ ਆ ਔਰ ਬੜਾ ਵਧੀਆ ਉਹਨੇ ਪ੍ਰਦਰਸ਼ਨ ਕੀਤਾ, ਔਰ ਰਿਦਮ ਜਿਹੜਾ ਟੂਰਨਾਮੈਂਟ ਦਾ ਉਹ ਬਹੁਤ ਚੰਗਾ ਸੀਗਾ। ਲੇਕਿਨ ਇਹ ਆ ਕਿ ਅਨਫੋਰਚੁਨੇਟਲੀ ਅਸੀਂ, ਕਿਉਂਕਿ ਜਿਹੜੀਆਂ ਚਾਰ ਟੀਮਾਂ ਹੁੰਦੀਆਂ ਉਹਦੇ 'ਚ ਆਪਾਂ ਜੇ ਕਹੀਏ ਕਿ ਬਹੁਤ ਜ਼ਿਆਦਾ ਫਰਕ ਹੁੰਦਾ, ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ, ਉਹਦੇ ਵਿੱਚ ਤਾਂ ਸਿਰਫ ਇੰਨਾ ਹੀ ਆ ਕਿ ਜਿਹੜੀ ਅਪਰਚੁਨਿਟੀ ਮਿਲ ਗਈ ਤੁਸੀਂ ਯੂਜ਼ ਹੋ ਗਈ, ਅਤੇ ਜੇ ਕਿਸੇ ਨੂੰ ਅਪਰਚੁਨਿਟੀ ਮਿਲੀ ਉਹ ਨਹੀਂ ਯੂਜ਼ ਹੋ ਸਕਦੀ ਅਤੇ ਉਹ ਮਿਸ ਹੋ ਗਈ। ਸੋ ਇੰਨਾ ਕੁ ਗੈਪ ਜਿਹੜਾ ਬ੍ਰੌਨਜ਼ ਮੈਡਲ ਦੀ ਮੈਚ ਹੈ, ਕਿਸ ਤਰ੍ਹਾਂ ਦੇਖਦੇ ਖਿਡਾਰੀਆਂ? ਦੇਖੋ ਮੈਨੂੰ ਲੱਗਦਾ ਕਿ ਸਪੇਨ ਨੂੰ, ਸਪੇਨ ਜਿਹੜੀ ਆ ਥੋੜ੍ਹੀ ਜਿਹੀ ਓਪਨ ਸਪੇਸ ਦੇ ਕੇ ਖੇਡਦੀ ਆ, ਜਿਹੜੇ ਜਰਮਨਸ ਆ ਉਹ ਬਹੁਤ ਟਾਈਟ ਮਾਰਕਿੰਗ ਕਰਦੇ ਆ, ਔਰ ਉਹਨਾਂ ਦਾ ਪੇਸ਼ੈਂਸ ਦਾ ਲੈਵਲ ਜਿਹੜਾ ਆ ਉਹ ਬਹੁਤ, ਕਿਉਂਕਿ ਨੇਸ਼ਨ ਦੇ ਕਰੈਕਟਰ 'ਤੇ ਵੀ ਡਿਪੈਂਡ ਕਰਦਾ ਕਿ ਕਿਸ ਨੇਸ਼ਨ ਦਾ ਕਿਹੋ ਜਿਹਾ ਕਰੈਕਟਰ ਹੈ। ਸੋ ਸਪੈਨਿਸ਼ ਜਿਹੜੇ ਆ ਥੋੜ੍ਹੀ ਜਿਹੀ ਓਪਨ ਹਾਕੀ ਖੇਡਦੇ ਆ, ਔਰ ਮੈਨੂੰ ਲੱਗਦਾ ਉਹਦੇ 'ਚ ਸਾਡਾ ਪ੍ਰਦਰਸ਼ਨ ਜਿਹੜਾ ਹੋਰ ਬਿਹਤਰ ਹੋਊਗਾ। ਬਾਕੀ ਵੀ ਗੇਮਾਂ ਦੀ ਗੱਲ ਕਰੀਏ, ਫੋਗਾਟ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ 10 ਗ੍ਰਾਮ ਵੇਟ ਜ਼ਿਆਦਾ ਹੋਣ ਕਾਰਨ ਜਿਹੜਾ ਉਸਨੂੰ, ਦੇਖੋ ਇਹ ਬੜਾ ਅਨਫੋਰਚੁਨੇਟ ਆ, ਔਰ ਮੈਨੂੰ ਨਹੀਂ ਲੱਗਦਾ ਕਿ ਇਹ ਓਲੰਪਿਕ ਸਪਿਰਿਟ ਦੀ ਫੇਵਰ ਦੇ ਵਿੱਚ ਹੈਗਾ। ਸੋ ਇਹਦੇ ਵਿੱਚ ਸਾਨੂੰ ਫੋਗਾਟ ਨੂੰ ਜਿਹੜਾ ਸਪੋਰਟ ਕਰਨਾ ਚਾਹੀਦਾ ਆਫੀਸ਼ੀਅਲ ਲੈਵਲ 'ਤੇ ਵੀ, ਵੈਸੇ ਤਾਂ ਕਿਉਂਕਿ ਜਿਹੜੇ ਨਾਲ ਆਫੀਸ਼ਲਸ ਹੁੰਦੇ ਆ ਉਹਨਾਂ ਨੂੰ ਇਸ ਗੱਲ ਦਾ ਗਿਆਨ ਵੀ ਹੁੰਦਾ, ਔਰ ਉਹਨਾਂ ਦੀ ਡਿਊਟੀ ਵੀ ਹੁੰਦੀ ਆ ਕਿ ਉਹ ਜਿਹੜਾ ਐਥਲੀਟ ਆ ਉਹਦੇ ਵੇਟ ਨੂੰ ਚੈੱਕ ਕਰਕੇ ਉਹਨੂੰ ਗਾਈਡ ਕਰਨ, ਕਿਉਂਕਿ ਐਕਚੁਅਲ ਆਫੀਸ਼ੀਅਲ ਵੇਟ ਕਰਨ ਤੋਂ ਪਹਿਲਾਂ ਇਹ ਜਿਹੜਾ ਆ ਜਿਹੜੇ ਆਫੀਸ਼ੀਅਲਸ ਹੈਗੇ ਆ ਉਹ ਵੇਟ ਕਰਦੇ ਹੈਗੇ ਆ ਤਾਂ ਕਿ ਕਿਸੇ ਦਾ ਵੇਟ ਵੱਧ ਘੱਟ ਨਾ ਹੋ ਸਕੇ। ਲੇਕਿਨ ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਉਹ ਆਲਰੇਡੀ ਫਾਈਨਲੀ ਕੁਆਲੀਫਾਈ ਕਰਕੇ ਆਈ ਹੈ ਇੱਥੇ, ਸੋ ਉਹਦਾ ਸਿਲਵਰ ਮੈਡਲ ਤਾਂ ਬਣਦਾ, ਉਹਦੇ ਲਈ ਤਾਂ ਸਾਨੂੰ ਡੈਫੀਨੇਟਲੀ ਜਿਹੜਾ ਫਾਈਟ ਕਰਨ ਦੀ ਜ਼ਰੂਰਤ ਹੈ, ਐਜ਼ ਏ ਨੇਸ਼ਨ ਜ਼ਰੂਰਤ ਹੈਗੀ ਆ, ਕਿਉਂਕਿ ਉਹ ਤਾਂ ਓਲੰਪਿਕ ਸਪਿਰਿਟ ਦੇ ਵੀ ਅਗੇਂਸਟ ਹੈ। ਕਿਉਂਕਿ ਮੰਨ ਲਓ, ਸਪੋਜ਼ ਮੈਂ ਦੂਸਰੇ ਐਂਗਲ ਨਾਲ ਦੇਖਦਾ ਕਿ ਜੇ ਉਹ ਲੜਕੀ ਕਿਸੇ ਰੀਜ਼ਨ ਕਰਕੇ, ਮੰਨ ਲਓ ਬਾਊਟ ਸ਼ੁਰੂ ਹੋਣ 'ਤੇ ਹੀ ਉਹਨੂੰ ਇੰਜਰੀ ਹੋ ਜਾਂਦੀ ਆ, ਜਾਂ ਬਾਊਟ ਅਜੇ ਸਟਾਰਟ ਹੀ ਨਹੀਂ ਹੁੰਦੀ ਅਤੇ ਤਾਂ ਹੀ ਇੰਜਰੀ ਹੋ ਜਾਂਦੀ ਆ, ਕਿ ਫਿਰ ਵੀ ਤੁਸੀਂ ਉਹਦਾ ਮੈਡਲ ਜਿਹੜਾ ਆ ਉਹਦੇ ਕੋਲੋਂ ਖੋ ਲਓਗੇ? ਸੋ ਸਾਡੇ ਇਹ ਦੇਸ਼ ਲਈ ਚੁਣੌਤੀ ਹੈਗੀ ਆ ਸਾਨੂੰ, ਮੈਨੂੰ ਲੱਗਦਾ ਕਿ ਸਾਨੂੰ ਈਵਨ ਮੀਡੀਆ ਨੂੰ ਵੀ, ਈਵਨ ਆਫੀਸ਼ਲਸ ਨੂੰ ਵੀ, ਇਰਰਿਸਪੈਕਟਿਵ ਕਿ ਉਹਨੇ ਪਿਛਲੇ ਸਮੇਂ 'ਚ ਜਿਹੜੀਆਂ ਫੈਡਰੇਸ਼ਨ ਆ ਉਹਦੇ ਨਾਲ ਬਹੁਤ ਵੱਡੀ ਸਟਰਗਲ ਕੀਤੀ ਹੈਗੀ ਆ, ਸੋ ਮੈਨੂੰ ਲੱਗਦਾ ਸਾਨੂੰ ਸਪੋਰਟ ਕਰਨਾ ਚਾਹੀਦਾ। ਬਿਲਕੁਲ ਕੀਤਾ ਜਾ ਸਕਦਾ, ਕਿਉਂਕਿ ਇਹ ਓਲੰਪਿਕ ਸਪਿਰਿਟ 'ਤੇ ਵੀ ਅਗੇਂਸਟ ਹੈ, ਕਿਉਂਕਿ ਜਿੱਥੇ ਹਿਊਮਨ ਬਾਡੀ ਦੇ ਆਪਟੀਮਮ ਲੈਵਲ ਨੂੰ ਜਿਹੜਾ ਦਰਸਾਇਆ ਜਾਂਦਾ ਉਹਦੇ ਫਿਜ਼ੀਕਲ ਅਤੇ ਮੈਂਟਲ ਪੈਰਾਮੀਟਰਸ ਨੂੰ, ਅਤੇ ਉਸ ਲੈਵਲ 'ਤੇ ਮੈਨੂੰ ਲੱਗਦਾ ਸਾਨੂੰ ਸਪੋਰਟ ਕਰਨੀ ਚਾਹੀਦੀ ਔਰ ਆਫੀਸ਼ੀਅਲਸ ਨੂੰ ਇਹਦੇ ਲਈ ਫਾਈਟ ਕਰਨਾ ਚਾਹੀਦਾ।